ਹਾਂਜੀ ਕਿੱਦਾਂ ਸਾਰੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਕਈ ਦਿਨ ਹੋ ਗਏ ਪੇਡਾਂ ਦੀ ਨਾ ਨਹੀਂ ਕਰਾਈ ਆ ਗਏ ਜੀ ਆ ਗਏ ਸਾਰੇ ਪਾਸੇ ਵੀਡੀਓ ਸ਼ੇਅਰ ਕਰੋ ਖਾਤਾ ਬਾਈ ਜੀ ਫੋਲੋ ਕਰੋ ਸਾਰੇ ਤੁਹਾਨੂੰ ਦਿਖਾਉਣੇ ਆਂ ਦੀਨ ਦੁਨੀਆਦਾਰੀ ਚ ਕੀ ਹੋ ਰਿਹਾ ਮੋਦੀ ਐਦਾਂ ਹੀ ਲੋਕਾਂ ਨੂੰ ਸਦਾਈ ਹੋ ਕਰ ਰਿਹਾ ਪਿਛਲੇ 10 ਸਾਲਾਂ ਤੋਂ ਦੇਖੋ ਜੀ ਇਹ ਦਿਖਾ ਰਿਹਾ ਵੀ ਮੋਦੀ ਡਰੋਨ ਚਲਾ ਰਿਹਾ ਆ ਦੇਖ ਸਕਦੇ ਆ ਇਹਦੀ ਐਕਟਿੰਗ ਬਾਈ ਜੀ ਪਿਛਲੇ ਦੋ ਵਾਰੀ ਦੀ ਸਰਕਾਰ ਆਈਏ ਇਦਾਂ ਹੀ ਐਕਟ ਕਰਕੇ ਲੋਕਾਂ ਨੂੰ ਸਦਾਈ ਇਸ ਨੇ ਕੀਤਾ ਦੇਖੋ ਹਾਂਜੀ ਡਰੋਨ ਚਲਾ ਰਿਆ ਆ ਸੋ ਦੇਖਿਓ ਪੂਰੀ ਇਹ ਐਕਟਿੰਗ ਕਰ ਰਿਹਾ ਕਲਾਕਾਰ ਪਰ ਅਸਲ 'ਚ ਡਰੋਨ ਕੋਈ ਹੋਰ ਚਲਾ ਰਿਆ ਸੀ ਦੇਖ ਸਕਦੇ ਆ ਸੋ ਇਦਾਂ ਹੀ ਜਿਹੜੀ ਸਰਕਾਰ ਆ ਬਾਨੀ ਜਣਾਨੀ ਚਲਾਉਂਦੇ ਆ ਇਹ ਤਾਂ ਵਿਚਾਰਾ ਕਟਪੁਤਲੀ ਆ ਗਾਲਾਂ ਖਾਣ ਨੂੰ ਮੋਰੇ ਕੀਤਾ ਆ ਸੋ ਜਲਦੀ ਜਲਦੀ ਸ਼ੇਅਰ ਕਰ ਦੋ ਬੜਾ ਕੁਝ ਹੋਇਆ ਅੱਜ ਦੇ ਦਿਨ ਸੋ ਆਪਣਾ ਇਹ ਖਾਤਾ ਬਾਈ ਜੀ 7000 ਫੋਲੋਅਰ ਆ ਇੱਥੇ ਸਾਰੇ ਆ ਜਾਓ ਤੇ ਆਪਾਂ ਮੈਂ ਮੈਂ ਜਿੱਦਾਂ ਪਹਿਲਾਂ ਕਰਾਉਂਦੇ ਹੁੰਦੇ ਸੀ ਉਦਾਂ ਹੀ ਫੇਰ ਕਰਾਵਾਂਗੇ ਹੋਰ ਕੀ ਹੋ ਰਿਹਾ ਦੁਨੀਆਦਾਰੀ 'ਚ ਉਹ ਵੀ ਤੁਹਾਨੂੰ ਦੇਖੋ ਬਾਈ ਜੀ ਇਹਨਾਂ ਦੀ ਤੇ ਰਾਜਨੀਤੀ ਦੇਖੋ ਬਾਈ ਜੀ ਜਿਹੜੇ ਸਾਡੇ ਵਰਗੇ ਮਾਤੜ ਗਰੀਬਾਂ ਦੇ ਨਿਆਣੇ ਆ ਉਹਨਾਂ ਨੂੰ ਬਾਈ ਜੀ ਕੰਡਿਆਲੀ ਤਾਰ ਲਾਈਓ ਆ ਦੇਖੋ ਉਹਨਾਂ ਨੂੰ ਮਿਲਦਾ ਕੰਡਿਆਲੀ ਤਾਰ ਉਹ ਵਿਚਾਰੇ ਤਰਸਦੇ ਆ ਕੁੜੀ ਦੀ ਅੱਖਾਂ ਦੇਖੋ ਕਿੰਦਾ ਤਰਸਦੀਆਂ ਵੀ ਮੈਨੂੰ ਹੱਥ ਮळा ਮੈਨੂੰ ਮਿਲ ਸਿਕਿਉਰਿਟੀ ਵਾਲੇ ਕਿੱਦਾਂ ਨਾਲ ਆ ਇਹਨਾਂ ਦਾ ਕਸੂਰ ਇਹੀ ਆ ਇਹ ਗਰੀਬ ਜੰਮੇ ਆ ਭਾਰਤ ਚ ਗਰੀਬਾਂ ਦੇ ਘਰਾਂ ਚ ਜੰਮੇ ਇਹੀ ਕਸੂਰ ਆ ਤੇ ਜਿਹੜੇ ਅਮੀਰਾਂ ਦੇ ਨਿਆਣੇ ਉਹਨਾਂ ਨਾਲ ਜੱਫੀਆਂ ਕੋਈ ਕੰਡਿਆਲੀ ਤਾਰ ਨਹੀਂ ਕੋਈ ਕੁਛ ਨਹੀਂ ਕੋਈ ਸਿਕਿਉਰਿਟੀ ਨਹੀਂ ਇਹ ਆ ਜੀ ਦੋ ਭਾਰਤ ਤੋ ਬਾਈ ਜੀ ਇਹਨਾਂ ਦਾ ਜਿਹੜਾ ਭਰਿਆ ਜ਼ਹਿਰ ਲੋਕਾਂ ਦੇ ਦਿਲਾਂ 'ਚ ਇੰਨਾ ਹੋ ਗਿਆ ਰਹਿ ਰੱਬ ਦਾ ਨਾਮ ਮੈਂ ਤੁਹਾਨੂੰ ਦਿਖਾਉਣੇ ਬਾਈ ਜੀ ਆਪਣੀ ਰੇਲਵੇ ਪੁਲਿਸ ਵਾਲੇ ਨੇ ਚਾਰ ਲੋਕਾਂ ਨੂੰ ਮਾਰਤਾ ਯੂਪੀ 'ਚ ਕਹਿੰਦਾ ਜੇ ਇੰਡੀਆ 'ਚ ਰਹਿਣਾ ਤਾਂ ਮੋਦੀ ਜੋਗੀ ਕਹਿਣਾ ਇਹਨੇ ਮਾਰਤੇ ਬਾਈ ਜੀ ਇੱਕ ਮਾਰਿਆ ਪੁਲਿਸ ਵਾਲਾ ਹੀ ਰੇਲਵੇ ਪੁਲਿਸ ਵਾਲਾ ਹੀ ਮੀਨਾ ਉਹ ਮੀਨਾ ਇੱਕ ਭਾਈਚਾਰਾ ਆ ਉਹਦਾ ਸੀ ਉਹ ਤੇ ਤਿੰਨੇ ਨੇ ਮੁਸਲਮਾਨ ਮਾਰਤੇ ਤੇ ਇਹਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਆ ਕਹਿ ਰਿਹਾ ਆ ਭੀ ਇੰਡੀਆ ਚ ਰਹਿਣਾ ਤਾਂ ਮੋਦੀ ਜੋਗੀ ਕਹਿਣਾ ਦੇਖੋ ਇਹਨੇ ਚਾਰ ਲੋਕਾਂ ਨੂੰ ਮਾਰਤਾ ਚਲਦੀ ਟ੍ਰੇਨ ਚ ਸੋ ਜ਼ਹਿਰ ਬਾਈ ਜੀ ਜਿਹੜਾ ਇਹਨਾਂ ਦਾ ਭਰਿਆ ਆ ਲੋਕਾਂ ਦੇ ਦਿਲਾਂ ਚ ਮਨਾਂ ਚ ਉਹ ਸਾਹਮਣੇ ਆ ਰਿਹਾ ਤੇ ਲੋਕਾਂ ਨੂੰ ਇਹ ਮਾਰ ਰਿਹਾ ਆ ਬਾਈ ਜੀ ਵੀ ਜਿਹੜੇ ਹੋਰ ਭਾਈਚਾਰੇ ਦੇ ਆ ਸੋ ਦੇਖ ਸਕਦੇ ਆ ਤੇ ਬਾਕੀ ਹੋਰ ਵੀ ਕੀ ਹੋ ਰਿਹਾ ਦੀਨ ਦੁਨੀਆਦਾਰੀ ਚ ਉਹ ਵੀ ਤੁਹਾਨੂੰ ਸਾਂਝਾ ਕਰਦੇ ਆ ਸੋ ਸਭ ਨੂੰ ਰਿਕਵੈਸਟ ਹੈ ਜੀ ਸ਼ੇਅਰ ਕਰੀ ਚਲੋ ਜਲਦੀ ਜਲਦੀ ਤੇ ਇਹ ਖਾਤਾ ਵੀ ਫੋਲੋ ਕਰ ਲਓ ਤੇ ਅੱਜ ਦੇ ਦਿਨ ਹਾਂਜੀ ਸ਼ਹੀਦ ਆਪ ਲਾ ਸ਼ੀਰੂਦਮ ਸਿੰਘ ਜੀ ਨੂੰ ਵੀ ਪ੍ਰਣਾਮ ਆ ਤੇ ਬਾਈ ਜੀ ਉਹੀ ਮੈਂ ਕਹਿੰਦਾ ਹੁੰਦਾ ਨਿਆਣਿਆਂ ਨੂੰ ਚੰਗੇ ਪਾਸੇ ਲਾਓ ਚੰਗੇ ਪਾਸੇ ਲਾਓ ਚੰਗੇ ਪਾਸੇ ਲਾਓ ਆ ਲਕਾਉਣਿਆ ਕੁੜੀ 12 ਸਾਲ ਦੀ ਉਮਰ ਚ ਰਟਾਇਰ ਵੀ ਹੋ ਗਈ ਹਾਂਜੀ ਸਹੀ ਸੁਣਿਆ ਤੁਸੀਂ 12 ਸਾਲ ਦੀ ਉਮਰ ਚ ਰਿਟਾਇਰ ਵੀ ਹੋ ਗਈ ਇਹਦੀ ਆਪਣੀ ਖੜਾਉਣਿਆਂ ਦੀ ਕੰਪਨੀ ਸੀ ਮਹੀਨੇ ਦਾ 1-2 ਕਰੋੜ ਰੁਪਏ ਤੋਂ ਵੱਧ ਕਮਾਉਂਦੀ ਸੀਗੀ ਆਸਟ੍ਰੇਲੀਆ ਦੀ ਇਹ ਕੁੜੀ ਆ ਤੇ ਅੱਜ ਇਹਦਾ 12ਵਾਂ ਜਨਮ ਦਿਨ ਸੀ ਤੇ ਰਿਟਾਇਰਮੈਂਟ ਵੀ ਲੈ ਲਈ ਆਪਣੇ ਇਹਨੇ ਕੰਮਕਾਰ ਤੋਂ ਬਈ ਇਨਫ ਪੈਸੇ ਕਮਾ ਲਏ ਨੇ ਆਪਣੇ ਤੌਰ ਤੇ ਸੋ ਦੇਖ ਲਓ ਬਾਈ ਜੀ ਲੋਕਾਂ ਨੇ ਜਿਨ੍ਹਾਂ ਨੇ ਆਪਣੇ ਨਿਆਣੇ ਚੰਗੇ ਪਾਸੇ ਲਾਇਓ ਆ ਆਪਣੇ ਵਾਲੇ ਦਾ ਭਰਾਵੋ ਆਪਣੇ ਨਿਆਣਿਆਂ ਨੂੰ ਵੀ ਠੁਮਕੇ ਲਵਾ ਕੇ ਖੁਸ਼ ਹੋਈ ਜਾਂਦੇ ਰੀਲਾ ਮਿਲਾ ਕੇ ਬਹੁਤ ਖੁਸ਼ ਹੁੰਦੇ ਆ ਵੀ ਸਾਡਾ ਨਿਆਣਾ ਬਹੁਤ ਵਧੀਆ ਹਾਂਜੀ ਸੋ ਦੇਖ ਲਓ ਬਾਈ ਜੀ 12 ਸਾਲ ਦੀ ਉਮਰ ਚ ਰਟਾਇਰ ਵੀ ਹੋ ਗਈ ਹਾਂਜੀ ਤੇ ਹੋਰ ਵੀ ਦਿਖਾਉਣੇ ਆ ਜੀ ਕੀ ਚੱਲ ਰਿਹਾ ਦੁਨੀਆਦਾਰੀ ਚ ਤੇ ਬਾਕੀ ਭਰਾਵੋ ਇੰਡੀਆ ਇੰਡੀਆ ਨਹੀਂ ਮਾੜਾ ਇੰਡੀਆ ਦੀਆਂ ਜਿਹੜੀਆਂ ਉੱਥੇ ਰਿਸ਼ਵਤ ਖੋਰੀਆਂ ਆ ਜਿਹੜੀਆਂ ਰਾਜਨੀਤੀ ਆ ਭ੍ਰਿਸ਼ਟਾਚਾਰ ਉਹ ਮਾੜਾ ਪਹਿਲਾ ਪੰਜ ਕਟੋਗੜ ਸੱਤ ਦੇਛਾ ਦੇ ਨਿਆਣੇ ਮਾਰਤੇ ਇੰਡੀਆ ਦੀ ਖੰਗ ਦੀ ਦਵਾਈ ਨੇ ਆ ਫੇਰ ਛੇਰ ਕਰ ਦਿਓ ਅੱਗੇ ਵੀ ਮੈਂ ਪਾਈ ਸੀ ਆਹ ਵਾਲੀ ਦਵਾਈ ਨੇ ਇਰਾਕ ਚ ਨਿਆਣੇ ਮਾਰੇ ਇੱਚ ਜ਼ਹਿਰ ਆ ਕਹਿੰਦੇ ਨਿਰਾ ਜ਼ਹਿਰ ਕੋਲਡ ਆਊਟ ਕੰਪਨੀ ਦਾ ਨਾਮ ਆ ਕੋਲਡ ਆਉਟ ਇਹ ਰਾਗ ਭਰ ਕੇ ਦੇਖ ਲਿਓ ਨਹੀਂ ਟੈਸਟ ਕੀਤੇ ਵਿੱਚ ਜ਼ਹਿਰ ਹੀ ਪਾਈਓ ਆ ਲੋਕਾਂ ਦੇ ਨਿਆਣੇ ਮਾਰੀ ਜਾਂਦੇ ਆ ਤੁਹਾਨੂੰ ਦਿਖਾਉਣਾ ਬਾਈ ਜੀ ਇਹ ਇੰਡੀਆ ਦੀ ਕੰਪਨੀ ਆ ਸੋ ਸਾਰੇ ਸ਼ੇਅਰ ਕਰਿਓ ਆਪਣੇ ਪੰਜਾਬੀਆਂ ਦੇ ਫੋਨ 'ਚ ਹੋਰ ਵੀ ਖੰਗਦੀਆਂ ਦਵਾਈਆਂ ਦਿਖਾਉਣਾ ਉਹਨਾਂ ਨੇ ਵੀ ਨਿਆਣੇ ਮਾਰੇ ਬਾਹਰਲੇ ਦੇਛਾ ਚ ਸੋਈ ਨੇ ਇਰਾਕ ਚ ਮਾਰੇ ਆ ਇਹ ਅੱਜ ਦੀ ਤਾਜ਼ਾ ਨਿਊਜ਼ ਆ ਸੋ ਹੋਰ ਵੀ ਖੰਗਦੀਆਂ ਦਵਾਈਆਂ ਇੰਡੀਆ ਦੀਆਂ ਤਿਆਰ ਤੁਸੀਂ ਨਾ ਆਪਣੇ ਨਿਆਣਿਆਂ ਨੂੰ ਪਲਾ ਦਿਓ ਇਹਨਾਂ ਚ ਜ਼ਹਿਰ ਆ ਸੋ ਕੋਲਡ ਆਊਟ ਇਹ ਬਾਈ ਜੀ ਕੰਮ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਭਲਾ ਹੋ ਕਿਸੇ ਦਾ ਹਾਂਜੀ ਕੋਈ ਭੁੱਲ ਭਲੇਖੇ ਹੋਰ ਵੀ ਕਿਹੜੀਆਂ ਖੰਗਦੀਆਂ ਦਵਾਈਆਂ ਬਣਿਆ ਉਹ ਵੀ ਦਿਖਾਉਣਾ ਇਹਨੇ ਇਰਾਕ ਚ ਨਿਆਣੇ ਮਾਰੇ ਆ ਤੇ ਬਾਕੀ ਛੀਦਾ ਨੂੰ ਪ੍ਰਣਾਮ ਆ ਸੂਰਮੇ ਬਾਈ ਜੀ ਕਿੰਨੇ ਸਾਲਾਂ ਤੱਕ ਦਿਲ ਚ ਗੱਲ ਰੱਖੀ ਸੀ ਸ਼ੀ ਉਦੂਦਮ ਸਿੰਘ ਜੀ ਨੇ ਪਾਪੀ ਨੂੰ ਗੱਡੀ ਚਾੜਿਆ ਸੀਗਾ ਦੇਖੋ ਯਾਰ ਹੈ ਕੋਈ ਡਰ ਭੈ ਕੋਈ ਹੈ ਦੇਖੋ ਹੈ ਕੋਈ ਡਰਨਾ ਦੀ ਕੋਈ ਚੀਜ਼ ਹੈ ਸੂਰਮੇ ਦੇ ਦੇਖੋ ਚਿਹਰੇ ਤੇ ਕਿੰਦਾ ਖੁਸ਼ੀ ਆ ਹਾਂਜੀ ਦੇਖ ਸਕਦੇ ਆ ਬਾਈ ਜੀ ਸੋ ਪੜਿਆ ਕਰੋ ਸ਼ੀਦਾ ਬਾਰੇ 21 ਸਾਲ ਤੱਕ ਹਾਂਜੀ 21 ਸਾਲ ਤੱਕ ਵੇਟ ਕੀਤੀ 21 ਸਾਲ ਤੱਕ ਸੋ ਦੇਖ ਸਕਦੇ ਆ ਸੋ ਤੁਹਾਨੂੰ ਹੋਰ ਵੀ ਦਿਖਾਉਨੇ ਆ ਜਿਹੜਾ ਪਾਪੀ ਆ ਸੋ ਬਾਈ ਜੀ ਪਾਪੀਆਂ ਨੂੰ ਕੋਈ ਨਹੀਂ ਚੇਤੇ ਰੱਖਦਾ ਸੂਰਮਿਆਂ ਨੂੰ ਹੀ ਚੇਤੇ ਰੱਖਿਆ ਜਾਂਦਾ ਜਿਹੜਾ ਪਾਪੀ ਗੋਰਾ ਜਿਲ੍ਹਾ ਵਾਲੇ ਬਾਗ ਵਾਲੇ ਪਾਪੀ ਆ ਦੇਖ ਸਕਦੇ ਆ ਇਹਦਾ ਨਾਮ ਵੀ ਲਿਖਿਆ ਆ ਮਾਈਕਲ ਅਡਵਾਇਰ ਸੋ ਦੇਖ ਸਕਦੇ ਆ ਜੀ ਤੁਹਾਡੇ ਸਾਹਮਣੇ ਆ ਜਿੱਥੇ ਗੋਰਾ ਪਾਪੀ ਦੀ ਉਹ ਆ ਦੇਖੋ ਉਹਨੂੰ ਕੋਈ ਚੇਤੇ ਕਰਦਾ ਦੇਖੋ ਕਹਾ ਕਿਦਾਂ ਹੋ ਗਿਆ ਕੀੜੇ ਮਕੌੜੇ ਪੈ ਗਏ ਉਹਦੀਆਂ ਕਬਰਾਂ ਤੇ ਸੋ ਇਦਾਂ ਹੀ ਆ ਸੂਰਮਿਆਂ ਨੂੰ ਹੀ ਕੌਮਾਂ ਚੇਤੇ ਰੱਖਦੀਆਂ ਆ 100 ਬਿਲੀਅਨ ਤੋਂ ਵੱਧ ਲੋਕ ਦੁਨੀਆ ਤੇ ਆ ਕੇ ਮੁੜ ਗਏ ਆ ਸੋ ਸ਼ਹੀਦ ਉਦਮ ਸਿੰਘ ਜੀ ਦੀ ਸ਼ਹੀਦੀ ਨੂੰ ਪ੍ਰਣਾਮ ਹੈ ਜੀ ਝੁਕ ਝੁਕ ਕੇ ਤੇ ਹੋਰ ਵੀ ਉਹਨਾਂ ਬਾਰੇ ਤੱਥ ਦੱਸਾਂਗੇ ਹਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਸ਼ਹੀਦ ਉਦਮ ਸਿੰਘ ਜੀ ਨੇ ਤੇ ਹੋਰ ਵੀ ਬਾਈ ਜੀ ਤੇ ਅੱਜ ਦੇ ਦਿਨ ਸਿੰਘਾਂ ਨੇ ਇੱਕ ਹੋਰ ਕਾਰਨਾਮਾ ਕੀਤਾ ਸੀ ਸਿੰਘਾਂ ਸੂਰਮਿਆਂ ਨੇ ਸੋ ਬਾਈ ਜੀ ਹੋਰ ਵੀ ਤੁਹਾਨੂੰ ਦਿਖਾਉਣੇ ਆ ਨਾਲ ਦੀ ਨਾਲ ਹੋਰ ਕੀ ਚੱਲ ਰਿਹਾ ਦੀਨ ਦੁਨੀਆਦਾਰੀ 'ਚ ਤੇ ਲੈ ਲਓ ਬਾਈ ਜੀ ਆ ਵਾਹ ਮੋਦੀ ਜੀ ਵਾਹ 13 ਲੱਖ ਨਿਆਣੇ ਪੂਰੇ ਇੰਡੀਆ 'ਚੋਂ ਪਿਛਲੇ ਦੇਖ ਸਕਦੇ ਆ ਰੈਂਟ ਮਿਸਿੰਗ ਕੰਟਰੀ ਇੰਦਾ ਪਿਛਲੇ 3 ਸਾਲਾਂ ਚ 13 ਲੱਖ ਨਿਆਣੇ ਬਾਈ ਜੀ ਲੋਕਾਂ ਦੇ ਅਤਾ ਪਤਾ ਹੀ ਨਹੀਂ ਕਿੱਥੇ ਆ 13 ਲੱਖ ਯਾਰ ਕੁੜੀਆਂ ਕੁੜੀਆਂ ਮੁੰਡੇ ਨਹੀਂ ਕੁੜੀਆਂ ਕੁੜੀਆਂ 13 ਲੱਖ ਕੁੜੀਆਂ ਪਿਛਲੇ 3 ਸਾਲਾਂ ਚ ਇੰਡੀਆ ਜਿੱਚੋ 2 ਲੱਖ ਜਿਹੜੀਆਂ ਐਮਪੀ ਚੋਂ ਆ ਮੱਧ ਪ੍ਰਦੇਸ਼ ਚੋਂ ਇਹ ਮੈਂ ਨਹੀਂ ਕਹਿ ਰਿਹਾ ਇਹ ਭਾਰਤ ਸਰਕਾਰ ਕਹਿ ਰਹੀ ਆ ਪਾਰਲੀਮੈਂਟ ਚ 13 ਲੱਖ ਯਾਰ ਹੈ ਪਤਾ ਹੀ ਨਹੀਂ ਕਿੱਥੇ ਆ ਪਤਾ ਨਹੀਂ ਵਿਚਾਰੀਆਂ ਕਿੱਥੇ ਭੇਜਤੀਆਂ ਹੈ ਔਖਾ ਭਰਾਵੋ ਔਖਾ ਤੇ ਬਾਕੀ ਬਾਈ ਜੀ ਦੁਨੀਆ ਚ ਬੜਾ ਕੁਝ ਚੱਲ ਰਿਹਾ ਅੱਜੋ ਹੀ ਮੈਂ ਦੱਸਦਾ ਉਹਨਾਂ ਪੰਜ ਸੱਤ ਪਰਿਵਾਰ ਹੀ ਆ ਉਹੀ ਤੁਹਾਨੂੰ ਬਿਮਾਰ ਕਰਕੇ ਉਹੀ ਤੁਹਾਨੂੰ ਦਵਾਈ ਦੇ ਦਿੰਦੇ ਆ ਪਤੰਦਰ ਦੇ ਹੁਣੀ ਮੀਟ ਵੀ ਜਿਹੜਾ ਲੈਬ ਚ ਬਣਾ ਕੇ ਤੁਹਾਨੂੰ ਦਿਆ ਕਰਨਾ ਅਸਲੀ ਕੁੱਕਰ ਨਹੀਂ ਮਿਲਿਆ ਕਰਨੇ ਆ ਦੋ ਕੰਪਨੀਆਂ ਅਪਸਾਈਡ ਫੂਡ ਐਂਡ ਈਟ ਜਸਟ ਹਾਂਜੀ ਅਪਸਾਈਡ ਫੂਡ ਇੱਚ ਜਿਹੜਾ ਬਿਲਗੇਡਸ ਆ ਕੁੱਤਾ ਬੰਦਾ ਉਹ ਉਹਨੇ ਐਮਪੀ ਚ ਕਬੀਲੇ ਦੀਆਂ ਕੁੜੀਆਂ ਤੇ ਆਪਣੇ ਟੈਸਟ ਕੀਤੇ ਸੀ ਜਿਹੜੇ ਜਾਨਵਰਾਂ ਦੇ ਕਰੀ ਹੁੰਦੇ ਉਹਨੇ ਗਰੀਬਾਂ ਦੇ ਨਿਆਣਿਆਂ ਤੇ ਕੀਤੇ ਸੀਗੇ ਅਪਸਾਈਡ ਫੂਡ ਬਿਲਗੇਟ ਦੀ ਕੰਪਨੀ ਆ ਸੋ ਅਮਰੀਕਾ ਵਾਲਿਆਂ ਨੇ ਅਪਰੂਵਲ ਦੇ ਦਿੱਤਾ ਲੈਬ ਚ ਤਿਆਰ ਕੀਤਾ ਹੁਣ ਮੀਟ ਤੁਹਾਨੂੰ ਮਿਲਿਆ ਕਰਨਾ ਜਿਹੜੇ ਨੇਚਰਲ ਕੁੱਕੜ ਤੁਰੇ ਫਿਰਦੇ ਆ ਉਹ ਨਹੀਂ ਸੋ ਦੇਖ ਲਓ ਬਾਈ ਜੀ ਨਹੀਂ ਬਿਮਾਰ ਵੀ ਤੁਹਾਨੂੰ ਹੀ ਨਹੀਂ ਕਰਨਾ ਤੇ ਪੈ ਠੀ ਗਰੀ ਨਹੀਂ ਤੁਹਾਨੂੰ ਕਰਨਾ ਤੇ ਹੋਰ ਵੀ ਦਿਖਾਉਣੇ ਆ ਬਾਈ ਜੀ ਤੇ ਉਧਰ ਆਸਟ੍ਰੇਲੀਆ ਵਾਲੇ ਕਹਿੰਦੇ ਜਿਹੜੇ ਭਾਰਤ ਵਾਲਿਆਂ ਨੇ 40 ਦਿਨ ਲੱਗਣੇ ਆ ਜੇ ਪਹੁੰਚਿਆ ਨਹੀਂ ਬੈਹੇ ਪਹੁੰਚ ਜਵੇ ਭਾਈ ਜੀ ਆਪਾਂ ਤਾਂ ਇਹੀ ਦੁਆ ਮੰਗਦੇ ਆ ਸਾਡਾ ਬੈਰ ਵਿਰੋਧ ਮੋਦੀ ਨਾਲ ਆ ਮੋਦੀ ਦੀਆਂ ਕਰਤੂਤਾਂ ਨਾਲ ਆ ਭਾਰਤ ਨਾਲ ਆਪਣਾ ਕੋਈ ਬੈਰ ਵਿਰੋਧ ਨਹੀਂ ਖੁਸ਼ੀ ਹੋਊਗੀ ਜੇ ਭਾਰਤ ਵਾਲਿਆਂ ਦਾ ਹੋ ਜਿਹੜਾ ਯੰਤਰ ਭੇਜਿਆ ਆ ਚੰਨ ਤੇ ਪਹੁੰਚ ਜੂਗਾ ਸੋ ਆਸਟ੍ਰੇਲੀਆ ਵਾਲੇ ਕਹਿੰਦੇ ਜਿਹੜਾ ਤੁਸੀਂ ਯੰਤਰ ਚੰਨ ਤੇ ਭੇਜਿਆ ਸੀ ਸੌ ਦਾ ਜਿਹੜਾ ਪ੍ਰਯੋਗ ਦਾ ਸਮਾਨ ਸਾਡੇ ਆਸਟ੍ਰੇਲੀਆ ਚ ਡਿੱਗਿਆ ਆ ਸੋ ਬਾਕੀ ਪਤਾ ਨਹੀਂ ਭਰਾਵੋ ਇਹ ਕਾਹਦਾ ਸਮਾਨ ਆ ਕੀ ਸਮਾਨ ਆ ਪਰ ਆਸਟ੍ਰੇਲੀਆ ਦੇ ਕਹਿ ਰਹੇ ਆ ਪੀ ਆਂਡੀਆਂ ਵਾਲਿਆਂ ਦੇ ਯੰਤਰदाई ਸਮਾਨ ਆ ਸੋ ਤੁਹਾਡੇ ਸਾਹਮਣੇ ਆ ਤੇ ਬਾਕੀ ਅੱਜ ਦੇ ਦਿਨ ਇੱਕ ਹੋਰ ਪਾਪੀ ਦਾ ਸੋਧਾ ਲਾਇਆ ਸੀ ਸੁੱਖਾ ਜਿੰਦਾ ਸ਼ਹੀਦ ਸੁੱਖਾ ਜਿੰਦਾ ਦੇ ਭਾਈ ਕੁੱਕੀ ਨੇ ਇਹ ਆ ਜੀ ਲਲਿਤ ਮਾਕਨ ਜਿਸ ਨੇ ਸਿੱਖਾਂ ਨੂੰ ਟਾਇਰ ਪਾਪ ਆ ਕੇ ਮਾਰਿਆ ਸੀ ਅੱਜ ਦਿਨ 31 ਜੁਲਾਈ ਨੂੰ ਇਸ ਪਾਪੀ ਨੂੰ ਚਾੜਿਆ ਸੀ ਗੱਡੀ ਸਿੰਘਾਂ ਸੂਰਮਿਆਂ ਨੇ ਭਾਈ ਸੁੱਖਾ ਜਿੰਦਾ ਬਾਰੇ ਜ਼ਰੂਰ ਪੜਿਓ ਓ ਯਾਰ ਆਮ ਇਨਸਾਨ ਨਹੀਂ 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 ਉਹ ਆਮ ਇਨਸਾਨ ਨਹੀਂ ਸੀਗੇ ਉਹਨਾਂ ਬਾਰੇ ਪੜਿਓ ਤੇ ਦੇਖਿਓ ਭਾਈ ਜੀ ਜੇ ਤੁਸੀਂ ਭਾਈ ਸੁੱਖਾ ਜਿੰਦਾਬਾਰੇ ਪੜ ਲਿਆ ਫੇਰ ਤੁਹਾਨੂੰ ਹੋਣਾ ਹੀ ਨਹੀਂ ਵੀ ਕਿਸੇ ਕਲਾਕਾਰ ਦਾ ਟੈਟੂ ਬਣਾਈਏ ਜਾਂ ਕਿਸੇ ਕਲਾਕਾਰ ਪਿੱਛੇ ਲੜੀਏ ਚੱਕਰ ਇਹੀ ਆਪਾਂ ਪੜਿਆ ਹੀ ਨਹੀਂ ਯਾਰ ਆਪਣੇ ਸੂਰਮਿਆਂ ਬਾਰੇ ਤਾਂ ਹੀ ਆਪਾਂ ਕਲਾਕਾਰਾਂ ਪਿੱਛੇ ਲੜਾਈਆਂ ਕਰਦੇ ਆ ਇਹ ਜੀ ਲਲਿਤ ਮਾਕਨ ਦੀ ਕੁੜੀ ਤੇ ਵੈਸੇ ਇਹਨੇ ਬਾਅਦ ਚ ਕਹ ਦਿੱਤਾ ਸੀ ਭਾਈ ਕੁੱਕੀ ਦੀ ਜਿਹੜੀ ਸਜ਼ਾ ਹੋ ਉਹ ਕਰ ਦੋ ਰਣਜੀਤ ਸਿੰਘ ਗਿੱਲ ਕੁੱਕੀ ਸਭ ਨੂੰ ਪਤਾ ਹੀ ਆ ਭਾਈ ਸੁੱਖਾ ਜਿੰਦਾ ਤੇ ਕੁੱਕੀ ਜੀ ਨੇ ਅੱਜ ਦੇ ਦਿਨ ਲਲਿਤ ਮਾਕਨ ਨੂੰ ਗੱਡੀ ਚਾੜਿਆ ਸੀ ਜਿਸ ਨੇ ਸਿੱਖਾਂ ਨੂੰ ਮਾਰਿਆ ਸੀ ਗਲਾਂ 'ਚ ਟਾਇਰ ਪਾਵਾਗੇ 84 ਦਾ ਸਭ ਨੂੰ ਪਤਾਈਆ ਹਾਂਜੀ ਤੇ ਹੋਰ ਵੀ ਦਿਖਾਉਣੇ ਆ ਵੀਡੀਓ ਚ ਹੋਰ ਕੀ ਚੱਲ ਰਿਹਾ ਦੀਨ ਦੁਨੀਆਦਾਰੀ ਚ ਤੇ ਭਰਾਵੋ ਆ ਖੰਗਦੀਆਂ ਦਵਾਈਆਂ ਦੀ ਮੈਂ ਰੀਲ ਪਾ ਦਿੰਨਾ ਆ ਇਹ ਜਰੂਰ ਸਾਰੇ ਪੰਜਾਬੀਆਂ ਦੇ ਫੋਨ ਚ ਪਹੁੰਚਾਓ ਦੇਖੋ ਗਾਮਬੀਆ ਇੰਡੋਨੇਸ਼ੀਆ ਜੈਵੈਕਸਤਾਨ ਕੈਮਰੂਨ ਲਾਈਬੇਰੀਆ ਇਹਨਾਂ ਸਾਰੇ ਦੇਸ਼ਾਂ ਚ ਆ ਦਵਾਈਆਂ ਦੇ ਨਾਂ ਆ ਮੈਂ ਫੋਟੋਆਂ ਪਾ ਦਿੰਨਾ ਆ ਤੇ ਕਿੱਥੋਂ ਇੰਡੀਆ ਦੀਆਂ ਹੀ ਆ ਸਾਰੀਆਂ ਆਲਮੋਸਟ ਤੇ ਕਿੰਨੇ ਕਿੰਨੇ ਨਿਆਣੇ ਮਰੇ ਆ ਦੇਖੋ ਲੋਕਾਂ ਦੇ ਨਿਆਣੇ ਹੀ ਮਾਰੀ ਜਾਂਦੇ ਇੰਡੀਆ ਦੀਆਂ ਖੰਗਦੀਆਂ ਦਵਾਈਆਂ ਨਾਲ ਇਹਨਾਂ ਲੋਕਾਂ ਨੂੰ ਪੈਸੇ ਨਾਲ ਹੀ ਆ ਸੋ ਮੈਂ ਰੀਲ ਪਾਉਣਾ ਐ ਸੀ ਵੀਡੀਓ ਤੋਂ ਬਾਅਦ ਸਾਰੇ ਸ਼ੇਅਰ ਕਰਿਓ ਆ ਵੀ ਸ਼ੇਅਰ ਕਰਿਓ ਕੋਈ ਭੁੱਲ ਭੁਲੇਖੇ ਨਿਆਣੇ ਨੂੰ ਦਵਾਈ ਨਾ ਪੁਲਾ ਦੇਵੇ ਤੇ ਬਾਕੀ ਹੋਰ ਹੋਰ ਵੀ ਦੋ ਤਿੰਨ ਫੋਟੋਆਂ ਦਿਖਾਉਣੇ ਆ ਸੋ ਰਿਕਵੈਸਟ ਐ ਜੀ ਸ਼ੇਅਰ ਕਰੀ ਜਲੋ ਆ ਖਾਤਾ ਫੋਲੋ ਕਰ ਲਓ ਸਾਰੇ ਜਿੱਦਾਂ ਪਹਿਲਾਂ ਭੇਡਾਂ ਦੀ ਵਾਵਾ ਕਰਾਉਂਦੇ ਸੀ ਹੁਣ ਆਪਾਂ ਫੇਰ ਕਰਾਉਣੀ ਆ ਚਲੋ ਫੋਟੋਆਂ ਹੋਰ ਵੀ ਸੀ ਪਰ ਕੋਈ ਨਹੀਂ ਅਜੇ ਸਰੋਤੇ ਥੋੜੇ ਜੁੜੇ ਆ ਸੋ ਜਿਆਦਾ ਲੰਬੀ ਵੀਡੀਓ ਫੇ ਕਰਦਿਆ ਕਰਾਂਗੇ ਦੇਖਾ ਕਿੰਨੇ ਆ ਕਿਨੇ ਸ਼ੇਅਰ ਕੀਤੀ ਆ 20 50 ਨੇ ਕੀਤੀ ਵੀ ਹੈ ਕਿ ਮੈਂ ਅਮੀ ਰੋਲਾ ਪਾਈ ਜਨਾ ਸੋ ਸਭ ਨੂੰ ਰਿਕੁਐਸਟ ਹੈ ਜੀ ਸ਼ੇਅਰ ਕਰਿਆ ਕਰੋ ਆਪਣੀ ਵੀਡੀਓ ਵੱਧੋ ਵੱਧ ਤਾਂ ਜੋ ਆਪਾਂ ਨੂੰ ਵੀ ਹੋਗਾ ਵੀ ਹਾਂਜੀ ਬਾਈ ਜੀ ਪੀਰ ਭਰਾ ਆਪਣੇ ਨਾਲ ਹੈਗੇ ਆ ਸੋ ਆ ਵੀਡੀਓ ਵੱਧੋ ਵੱਧ ਸ਼ੇਅਰ ਕਰਿਓ ਤੇ ਖਾਤਾ ਵੀ ਫੋਲੋ ਕਰ ਲਿਓ ਸੋ ਆ 17 ਲੱਖ ਵਾਲਾ ਤਾਂ ਬੈਨ ਆ ਆਪਣਾ ਸੋ ਸਭ ਨੂੰ ਪਤਾ ਹੀ ਤੇ ਲਿੰਕ ਪਾਇਆ ਆਪਾਂ ਨਾਮ ਵੀ ਦੇਣਾ 5100 ਰੁਪਏ 1 2 ਦਿਨ ਤਾਂ ਹੀ ਸੋ ਆਵळा ਖਾਤਾ ਹੈ ਜੀ 7400 ਫੋਲੋਅਰ ਹੋ ਗਏ ਆ ਇਹ ਸਾਰੇ ਫੋਲੋ ਕਰ ਲਓ ਇੱਥੇ ਵੀਡੀਓ ਆਇਆ ਕਰਨੀਆਂ ਆ ਤੇ ਇਹ ਦੇਖੋ ਜੀ ਅਜੇ 20 ਕ ਸ਼ੇਅਰ ਹੀ ਹੋਏ ਆ ਸੋ ਵੱਧੋ ਵੱਧ ਸ਼ੇਅਰ ਕਰੋ ਹਾਂਜੀ ਜੀ ਜਿਆਦਾ ਸ਼ੇਅਰ ਹੁੰਦੇ ਮੈਂ ਹੋਰ ਤੱਕ ਤੋਂ ਹੋਰ ਐਡ ਕਰਨੇ ਸੀਗੇ ਪਰ ਸ਼ੇਅਰ ਨਹੀਂ ਤੁਸੀਂ ਕਰਦੇ ਇਹ ਖਾਤਾ ਫੋਲੋ ਕਰੋ ਸਾਰੇ ਤੇ ਬਾਕੀਆਂ ਤੋਂ ਵੀ ਕਰਾਓ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕਲਿੱਕ ਵੀ ਕਰਦੇ ਹੋ ਜੀ ਲਿੰਕ ਵੀ ਆਪਾਂ ਪਾ ਦੇਣਾ ਇਹ ਇਹ ਫੋਲੋ ਕਰ ਲਓ 5100 ਰੁਪਏ ਤੁਸੀਂ ਜਿੱਤ ਸਕਦੇ ਆ ਤੇ ਲਿੰਕ ਤੇ ਵੀ ਕਲਿੱਕ ਜ਼ਰੂਰ ਕਰਦੇ ਹੋ ਹਾਂਜੀ ਸੋ ਦੇਖ ਸਕਦੇ ਆ ਰਿਕੁਐਸਟ ਆਈ ਆ ਕੁੱਤੇ ਐਡ ਆਉਣੀ ਆ ਤੇ ਇੱਕ ਥੱਲੇ ਆਉਣੀ ਸਭ ਨੂੰ ਪਤਾ ਹੀ ਆ ਹਨਾ ਤੇ ਹਾਂਜੀ ਦੇਖ ਸਕਦੇ ਆ ਤੇ ਲਓ ਜੀ ਇਦਾਂ ਜੀ ਕਰ ਦਿਓ ਕਲਿੱਕ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਭੇਡਾਂ ਦਾ ਕਾਲਿੰਦੀ ਸਵਾਲ ਕਰਾ ਕੇ ਰੱਖਣੀ ਭੇਡਾਂ ਦੀ ਸ਼ੇਅਰ ਕਰਿਓ ਤੇ ਖਾਤਾ ਜਰੂਰ ਫੋਲੋ ਕਰਿਓ ਕਲਿੱਕ ਵੀ ਸ਼ੁਕਰੀਆ